ਸਤਿਕਾਰ ਕਿ ਲੋਕਾਂ ਨੂੰ ਮਹਾਰਾਜਾ ਹਰੀ ਸਿੰਘ ਜੀ ਅਮਰ ਰਹੇ ਮਹਾਰਾਜਾ ਹਰੀ ਸਿੰਘ ਜੀ ਅਮਰ ਰਹੇ ਮਹਾਰਾਜਾ ਹਰੀ ਸਿੰਘ ਜੀ ਅਮਰ ਰਹੇ ਯੁਵਾ ਰਾਜਪੂਤ ਸਭਾ ਜਿੰਦਾਬਾਦ ਯੁਵਾ ਰਾਜਪੂਤ ਸਭਾ ਜਿੰਦਾਬਾਦ ਯੁਵਾ ਰਾਜਪੂਤ ਸਭਾ ਜਿੰਦਾਬਾਦ ਮਹਾਰਾਜਾ ਹਰੀ ਸਿੰਘ ਜੀ ਅਮਰ ਰਹੇ ਮਹਾਰਾਜਾ ਹਰੀ ਸਿੰਘ ਜੀ ਅਮਰ ਰਹੇ ਜਬ ਤੱਕ ਸੂਰਜ ਚਾਂਦ ਰਹੇਗਾ ਜਬ ਤੱਕ ਸੂਰਜ ਚਾਂਦ ਰਹੇਗਾ ਭਾਰਤ ਮਾਤਾ ਕੀ ਜੈ ਭਾਰਤ ਮਾਤਾ ਕੀ ਜੈ ਆਰ ਸਿੰਘ ਗੁਜਰਾਤ ਮਰਾਠਾ ਦ੍ਰਾਵਿੜ ਉੱਚ ਕਲ ਬੰਦਾ ਵਿੰਧਯ ਹਿਮਾਚਲ ਯਮੁਨਾ ਗੰਗਾ ਉਜਲ ਜਲ ਕੀ ਤਰੰਗਾ ਸਭ ਸ਼ੁਭ ਨਾਮੇ ਜਾਗੇ ਸਭ ਜਯ ਗਾਥਾ ਜਨ ਗਣ ਮੰਗਲ ਕਾ ਇੱਕ ਜਯ ਹੈ ਭਾਰਤ ਭਾਗਯ ਵਿਧਾਤਾ ਜਯ ਹੈ ਜਯ ਹੈ ਜਯ ਹੈ ਜਯ 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 ਭਾਰਤ ਮਾਤਾ ਕੀ ਜੈ ਕੀ ਜੈ ਜੈ ਸ਼੍ਰੀ ਰਾਮ ਅੱਜ ਸਾਡੇ ਖਾਸ ਕਰੀਏ ਜੰਮੂ ਕਸ਼ਮੀਰ ਵਾਸਤੇ ਜਿਹੜੀ ਅੱਜ ਦੀ ਤਰੀਕ ਹੈ ਅਤੇ ਮਹਾਰਾਜਾ ਹਰੀ ਸਿੰਘ ਦੀ ਜਿਹੜੀ ਦੇਣ ਹੈ ਜੰਮੂ ਕਸ਼ਮੀਰ ਵਾਸਤੇ ਜਾਂ ਅਸੀਂ ਕਿ ਹਿੰਦੁਸਤਾਨ ਕਹਿੰਦਾ ਮਨਾਉਣ ਵਾਸਤੇ 26 ਅਕਤੂਬਰ ਅੱਜ ਦੇ ਦਿਹਾੜੇ ਵਾਲੇ ਦਿਨ ਮਹਾਰਾਜਾ ਹਰੀ ਸਿੰਘ ਹੋਰੇ ਆਖਦੇ ਦਸਤਖਤ ਕਰੀਏ ਤਾਂ ਸਾਡੇ ਪੂਰਵਜਾਂ ਪੱਕੀ ਮੋਹਰ ਰਾਹੀ ਕਿ ਅਸ ਅੱਜ ਦੇ ਦਿਹਾੜੇ ਕੋਲ ਲਈਏ ਹਿੰਦੁਸਤਾਨੀ ਬਣੇ ਹੈ ਤਾਂ ਮੈਂ ਅੱਜ ਬੜੇ ਜੰਮੂ ਕਸ਼ਮੀਰ ਦੇ ਸਾਰੇ ਲੋਕਾਂ ਦੀ ਯੁਵਾ ਰਾਜਪੂਤ ਸਭਾ ਦੀ ਤਰਫ ਦਾ ਇਸ ਸ਼ੁਭ ਦਿਹਾੜੇ ਦੀਆਂ ਮੁਬਾਰਕਬਾਦ ਦਿੰਦਾ ਅਤੇ ਸਾਰੇ ਲੋਕਾਂ ਆਖਾਂ ਕਿ ਜਿੰਨਾ ਅੱਜ 75 ਸਾਲ ਸਹੀ ਮੈਂ ਆਜ਼ਾਦੀ ਦੇ ਕੋਈ ਜੰਮੂ ਕਸ਼ਮੀਰ ਦੇ ਹਿੰਦੁਸਤਾਨੀ ਬਣਨੇ ਦੇ 75 ਸਾਲ ਅੱਜ ਪੂਰੇ ਹੋਏ ਅਤੇ ਸਾਰੇ ਲੋਕਾਂ ਆਪਣੇ ਘਰਾਂ ਦੇ ਬਾਹਰ ਤਿਰੰਗੇ ਚਾੜੀਏ ਅਤੇ ਰਾਸ਼ਟਰ ਗੀਤ ਗਾਈਏ ਅਤੇ ਮਹਾਰਾਜਾ ਹਰੀ ਸਿੰਘ ਦਾ ਗੁਣਗਾਨ ਜ਼ਰੂਰ ਕਰਨਾ ਚਾਹੀਦਾ ਉਹਦੇ ਕੰਨੇ ਕੰਨੇ ਕਿਹਾ ਬ੍ਰਿਗੇਡੀਅਰ ਰਜਿੰਦਰ ਸਿੰਘ ਹੋਰ ਜਿਹਨੇ ਅੱਜ ਜਿੰਦੀ ਅੱਜ ਪੁੰਨਿਆ ਤਿਥੀ ਵੀ ਹੈ ਉਹਨੇ ਵੀ ਸ਼ਰਧਾਂਜਲੀ ਜ਼ਰੂਰ ਦੇਣੀ ਚਾਹੀਦੀ ਕਿਉਂਕਿ ਐਸੇ ਐਸੇ ਜੰਮੂ ਦੇ ਡੋਗਰੇ ਯੋਧਾ ਹੋਏ ਜਿੰਦੀ ਵਜ੍ਹਾ ਕੰਨੇ ਜੰਮੂ ਕਸ਼ਮੀਰ ਹਾਂ ਜਿਹੜਾ ਹਿੰਦੁਸਤਾਨ ਕੰਨੇ ਮਿਲਿਆ ਜਿਹਨੇ ਜੰਮੂ ਕਸ਼ਮੀਰ ਦੀ ਰੱਖਿਆ ਕੀਤੀ ਕਵਾਲੀਆਂ ਕੋਲ ਲੈ ਲਓ ਪਾਕਿਸਤਾਨੀ ਦੇ ਲੈ ਲਓ ਅਗਰ ਕੋਈ ਰੀਅਲ ਹੀਰੋ ਹੈ ਜੰਮੂ ਕਸ਼ਮੀਰ ਦੇ ਉਹ ਫੌਜ ਦੇ ਨੌਜਵਾਨ ਉਹਨਾਂ ਦੀ ਯਾਦ ਕਰਨਾ ਚਾਹੀਦਾ ਇੰਨੀ ਗੱਲ ਆਖਦੀ ਮੈਂ ਅੱਜ ਪੂਰੇ ਜੰਮੂ ਦੇ ਲੋਕਾਂ ਦੀ ਇਸ ਸ਼ੁਭ ਦਿਹਾੜੇ ਦੀਆਂ ਹਾਰਦਿਕ ਲੱਖ ਲੱਖ ਵਧਾਈਆਂ ਦਿੰਦਾ ਜੈ ਹਿੰਦ ਜੈ ਮਾਂ ਡੋਗਰੀ ਭਾਰਤ ਮਾਤਾ ਕੀ ਜੈ ਮਹਾਰਾਜਾ ਹਰੀ ਸਿੰਘ ਜੀ ਅਮਰ ਰਹੇ।